ਇਨਸਾਨਾਂ ਅਤੇ ਜੰਗਲੀ ਹਾਥੀਆਂ ਵਿਚਾਲੇ ਟਕਰਾਅ ਕੋਈ ਨਵੀਂ ਗੱਲ ਨਹੀਂ ਹੈ। ਤੇਜ਼ੀ ਨਾਲ ਘਟ ਰਹੇ ਜੰਗਲ ਦੇ ਖੇਤਰ ਅਤੇ ਭੋਜਨ ਦੀ ਘਾਟ ਕਾਰਨ ਅਸਮ ਵਿੱਚ ਮਨੁੱਖਾਂ ਅਤੇ ਹਾਥੀਆਂ ਵਿਚਾਲੇ ਸੰਘਰਸ਼ 'ਚ ਵਾਧਾ ਹੋਇਆ। ਤੇਜ਼ੀ ਨਾਲ ਵੱਧ ਰਹੇ ਸੰਘਰਸ਼ ਨੂੰ ਘੱਟ ਕਰਨ ਲਈ ਅਸਾਮ ਦੇ ਨਾਗਾਓਂ ਜ਼ਿਲ੍ਹੇ ਦੇ ਜੰਗਲੀ ਜੀਵਨ 'ਤੇ ਬਚਾਅ ਕਰਨ ਵਾਲੇ ਵਿਨੋਦ ਦੁਲੂ ਬੋਰਾ ਅਤੇ ਉਹਨਾਂ ਦੀ ਪਤਨੀ ਮੇਘਨਾ ਮਯੂਰੀ ਹਯਾਰਿਕਾ ਝੋਨੇ ਦੀ ਕਾਸ਼ਤ ਕਰਦੇ ਨੇ ਅਤੇ ਰੁੱਖ ਵੀ ਲਗਾਉਂਦੇ ਨੇ ਤਾਂ ਜੋ ਜੰਗਲੀ ਹਾਥੀਆਂ ਦਾ ਝੁੰਡ ਭੋਜਨ ਲਈ ਇਨਸਾਨਾਂ ਦੀਆਂ ਬਸਤੀਆਂ 'ਤੇ ਹਮਲਾ ਨਾ ਬੋਲੇ। ਬੋਰਾ ਨੇ ਸਥਾਨਕ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਹਾਥੀ ਬਨ ਨਾਂ ਦੀ ਇੱਕ ਸੰਸਥਾ ਬਣਾਈ ਜੋ ਸਾਲ 2018 ਤੋਂ ਇਸ ਖੇਤਰ ਵਿੱਚ ਪੌਦਿਆਂ ਦੀ ਕਾਸ਼ਤ ਕਰਨ ਵਿੱਚ ਸਹਾਇਤਾ 'ਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਤਾਂ ਜੋ ਹਾਥੀ ਮਨੁੱਖੀ ਬਸਤੀਆਂ ਵੱਲ ਨਿਗਾਹ ਨਾ ਰੱਖਣ। ਪਿਛਲੇ ਵਾਰ ਜੋ ਹਮ ਲੋਗੋ ਨੇ ਹਾਥੀ ਬੰਧੂ ਔਰਗਨਾਈਜੇਸ਼ਨ ਨੇ ਜੋ 200 ਬੀਘਾ ਧਾਨ ਖੇਤ ਕੀਆ ਹੈ, ਜੋ ਹਾਥੀ ਖੋਲੀ ਰੰਘਾਂਗ ਗਾਓ ਨੇ ਪੂਰੀ 200 ਬੀਘਾ ਹਾਥੀ ਕੇ ਲੀਏ ਦਾਨ ਕਰ ਦਿਆ ਹੈ, ਇਸਕੇ ਦੁਆਰਾ ਹਾਥੀ ਔਰ ਮਾਨਵ ਕਾ ਸੰਘਾਤ ਬਹੁਤ ਕੁਛ ਕਮ ਹੋ ਗਿਆ ਹੈ ਔਰ ਪੂਰੀ ਜਨਤਾ ਕੀ ਰਿਕੁਐਸਟ ਹੈ ਹਮ ਪੁਨਰਬਾਰ ਅਭੀ 600 ਬੀਘਾ ਖੇਤ ਕਰ ਰਹਾ ਹੈ ਸਿਰਫ ਹਾਥੀ ਕੇ ਲੀਏ 200 ਬੀਘਾ ਧਾਨ ਔਰ ਉਸਕੇ ਬਗਲ ਮੇ नेपियर ब्रूम ग्रास नेटिव ग्रास नानान तरह का हाथी का खाद्य जैक फ्रूट एलिफेंट एप्पल। असाम दे जंगलात विभाग ने भी हाथियों नु अपनी सहायता दी। पिछले कुछ महीनों विच भोजन की भाल विच मनुखी बस्तियों विच हाथी दे इज्जड़ दी घटनावां घटियां ने। ਬੋਰਾ ਨੂੰ ਸੰਸਥਾ ਦੇ ਨਿਰਮਾਣ ਅਤੇ ਮੁਹਿੰਮ ਨੂੰ ਸਹੀ ਦਿਸ਼ਾ ਵੱਲ ਲਿਜਾਣ ਵਿੱਚ ਸੀਨੀਅਰ ਸਿਟੀਜ਼ਨ ਪ੍ਰਦੀਪ ਪੁਆਨ ਦੀ ਸਹਾਇਤਾ ਮਿਲੀ। ਐਕਚੁਅਲੀ ਵੀ ਹੈਵ ਸਟਾਰਟਡ ਦਿਸ Hathi Bandhu, that means the Friend of Elephant Movement, in 2018. In 2018, actually we did not have a clear vision, but we planted about 15 to 20,000 of this bhimkol, this type of banana, and jackfruit, and other long-term trees for elephants. In 2019, the villagers of Ronghong village, a tribal village in the foothills of Karbi Anglong, and gave the land to the Hathi Bandhu for cultivation of rice. Vinod Dulu Bora di pehal kadmi da samarthan unna di patni Meghna Mayuri Hayarika ne kita. Unna di koshishan da natija den layi e joda ek tree house de sikhar te reh reha. ਹਾਥੀ ਦੇ ਝੁੰਡ ਰਾਤ ਨੂੰ ਲਾਏ ਗਏ ਆਪਣੇ ਝੋਨੇ ਅਤੇ ਘਾਹ ਦੇ ਖੇਤਾਂ ਵਿੱਚ ਆਉਂਦੇ ਨੇ ਅਤੇ ਸਵੇਰੇ ਜੰਗਲ ਵਿੱਚ ਵਾਪਸ ਆ ਜਾਂਦੇ ਨੇ। প্রতিটো ৰাতি আমি এই হাতীৰ মাজতে টঙি ঘৰতে থাকি পেলাই কটাইছো আৰু হাতীৰ লগতে আমি এনেকৈ বসবাস কৰি আছো। এটা কথা ক'ব বিচাৰোঁ যে হাতী খুব শান্তিপ্ৰিয় জন্তু, সেই গতিকে হাতীক আমি অলপ যদি মৰম কৰোঁ, খাদ্য যোগান ধৰি পেলাই, তেতিয়া হাতী মানুহৰ সংঘাতটো নিশ্চয় কমিব আৰু সেই একদম 100% ৰিজাল্ট এটা আমাৰ হাতীখুলি ৰংখাং গাঁৱত প্ৰকাশ পাইছে। ਵਿਨੋਦ ਦੁਲੂ ਬੋਰਾ ਅਤੇ ਹਾਥੀ ਬੰਧੂ ਦੀ ਪਹਿਲਕਦਮੀ ਤੋਂ ਬਾਅਦ ਇਸ ਖਿੱਤੇ ਵਿੱਚ ਹਾਥੀਆਂ ਵੱਲੋਂ ਹਮਲੇ ਦੀਆਂ ਘਟਨਾਵਾਂ ਘਟੀਆਂ ਨੇ। ਹਾਥੀ ਝੋਨੇ ਅਤੇ ਘਾਹ ਢਿੱਡ ਭਰ ਕੇ ਖਾਂਦੇ ਨੇ ਅਤੇ ਜੰਗਲਾਂ ਵਿੱਚ ਵਾਪਸ ਆ ਜਾਂਦੇ ਨੇ। ਪਿੰਡ ਵਾਸੀ ਜਿਹੜੇ ਰਾਤ ਨੂੰ ਜਾਗਦੇ ਸਨ, ਹੁਣ ਉਹ ਰਾਤ ਨੂੰ ਸ਼ਾਂਤੀ ਨਾਲ ਸੌਂ ਰਹੇ ਨੇ। ਹਾਥੀ ਬੰਧੂ ਦੀ ਇਹ ਪਹਿਲ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਮਨੁੱਖਾਂ ਅਤੇ ਹਾਥੀਆਂ ਵਿਚਾਲੇ ਹੋਣ ਵਾਲੇ ਟਕਰਾਅ ਨੂੰ ਘਟਾਉਣ ਦਾ ਮਾਡਲ ਵੀ ਬਣ ਸਕਦੀ ਹੈ। ETV ਭਾਰਤ ਦੀ ਰਿਪੋਰਟ। To watch 24/7 News Live, download ETV Bharat app.